ਸਿੱਖ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਰਨਵੀਰ ਸਿੰਘ ਤੁਹਾਡਾ ਸਾਡੇ ਪ੍ਰੋਗਰਾਮ ਵੱਡਾ ਪਰਦਾ ਵਿੱਚ ਨਿੱਘਾ ਸਵਾਗਤ ਕਰਦਾ। ਇਹ ਜੀ ਅੱਜ ਗੱਲ ਕਰਦੇ ਹਾਂ ਨਵੀਂ ਰਿਲੀਜ਼ ਹੋ ਰਹੀ ਪੰਜਾਬੀ ਕਮੇਡੀ ਫਿਲਮ ਮਰ ਗਏ ਲੋਕੋ ਦੀ। ਜੀ ਬੰਦਾ ਗੋਲੀ ਨਾਲ ਨਹੀਂ ਸੁਣਿਆ ਜਮਦੂਰ ਦੀ ਗਲਤੀ ਨਾਲ ਵੀ ਮਰ ਜਾਂਦਾ। ਗਿੱਪੀ ਗਰੇਵਾਲ ਨੂੰ ਤਾਂ ਇਹ ਗੱਲ ਉੱਤੇ ਜਾ ਕੇ ਪਤਾ ਲੱਗੀ ਆ, ਪਰ ਸਾਨੂੰ ਇਹ ਗੱਲ ਉਹਨਾਂ ਦੀ ਫਿਲਮ ਦਾ ਟ੍ਰੇਲਰ ਦੇਖ ਕੇ ਪਤਾ ਲੱਗ ਜਾਂਦੀ ਆ। ਬੰਦਾ ਗੋਲੀ ਨਾਲ ਹੀ ਨਹੀਂ ਯਮਦੂਤ ਦੀ ਗਲਤੀ ਨਾਲ ਵੀ ਮਰ ਜਾਂਦਾ, ਮੈਨੂੰ ਵੀ ਇਹ ਪਰਲੋਕ ਜਾ ਕੇ ਪਤਾ ਲੱਗਿਆ। ਇਹ ਜੀ ਫਿਲਮ ਦਾ ਟ੍ਰੇਲਰ ਦੇਖ ਕੇ ਪਤਾ ਲੱਗਦਾ ਕਿ ਫਿਲਮ ਆ ਜਿਹੜੀ ਉਹ ਪਹਿਲੀਆਂ ਕਮੇਡੀ ਫਿਲਮਾਂ ਤੋਂ ਬਿਲਕੁਲ ਹਟ ਕੇ ਆ। ਫਿਲਮ ਦੀ ਸ਼ੂਟਿੰਗ ਦੀ ਜੇ ਗੱਲ ਕਰੀਏ ਤਾਂ ਉਹ ਧਰਤੀ ਦੇ ਨਾਲ ਨਾਲ ਪਰਲੋਕ ਵਿੱਚ ਵੀ ਕੀਤੀ ਗਈ ਆ, ਜਿੱਥੇ ਜਸਵਿੰਦਰ ਭੱਲਾ ਉਹਨੀ ਧਰਮਰਾਜ ਦਾ ਰੋਲ ਅਦਾ ਕਰ ਰਹੇ ਨੇ। ਜੇ ਹੁਣ ਵਧਾ ਕੀਤਾ ਰਾਜ ਫਿਰ ਅਸੀਂ ਟੱਟੂ ਦੇ ਕਰਮ ਰਾਜ ਭੇਜੀ ਦਾ ਮੱਝ ਥੱਲੇ ਜਾ ਕੇ ਵੜਦਾ ਝੋਟੇ ਥੱਲੇ। ਤੇ ਜੀ ਫਿਲਮ ਦਾ ਟ੍ਰੇਲਰ ਦੇਖ ਕੇ ਪਤਾ ਲੱਗਦਾ ਕਿ ਕਿੱਦਾਂ ਜਮਦੂਤ ਬਣਿਆ ਕਰਮਜੀਤ ਅਨਮੋਲ ਗਲਤੀ ਨਾਲ ਕਿਸੇ ਹੋਰ ਵਿਅਕਤੀ ਦੇ ਪ੍ਰਾਣ ਕੱਢ ਲੈਂਦਾ, ਤੇ ਬਾਅਦ ਦੇ ਵਿੱਚ ਕੀ ਜਮਦੂਤ ਕੀ ਧਰਮਰਾਜ ਤੇ ਕੀ ਉਹਦੇ ਸਲਾਹਕਾਰ ਸਭ ਸਲਾਹਾਂ ਕਰਦੇ ਨੇ ਕਿ ਕਿੱਦਾਂ ਜਿਹੜੀ ਇਹ ਕਹਾਣੀ ਨੂੰ ਸੈੱਟ ਕੀਤਾ ਜਾਵੇ, ਕੀ ਤਰਕੀਬ ਲਾਈ ਜਾਵੇ। ਆਪਕੋ ਉਸੀ ਮਨੁਸ਼ ਕੇ ਸ਼ਰੀਰ ਮੇ ਪ੍ਰਵੇਸ਼ ਕਰਨਾ ਹੋਗਾ ਜਿਸਕੇ ਬਦਲੇ ਮੇ ਆਪਕੇ ਪ੍ਰਾਣ ਹਰਣ ਕੀਏ ਗਏ ਥੇ। ਫਿਲਮ ਦੇ ਵਿੱਚ ਭਾਵੇਂ ਜਮਦੂਤ ਦੀ ਗਲਤੀ ਨਾਲ ਜਿਹੜਾ ਬੰਦਾ ਰੱਬ ਨੂੰ ਪਿਆਰਾ ਹੋ ਜਾਂਦਾ, ਪਰ ਕਿੱਦਾਂ ਫਿਰ ਉਹ ਰੂਹ ਦੂਜੇ ਸਰੀਰ ਵਿੱਚ ਵੜ ਕੇ ਆਪਣੇ ਪਿਆਰ ਦੀ ਕਹਾਣੀ ਨੂੰ ਪੂਰਾ ਕਰਦੀ ਆ, ਇਹ ਤਾਂ ਜੀ ਇੱਕ ਰਾਜ਼ ਆ ਜੋ ਕਿ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਫਿਲਮ ਵਿਚਲੇ ਜੇਕਰ ਕਿਰਦਾਰਾਂ ਦੀ ਗੱਲ ਕਰੀਏ ਤਾਂ ਕਾਮੇਡੀ ਦਾ ਕੋਈ ਹੀ ਅਜਿਹਾ ਨਾ ਹੋਵੇਗਾ ਜਿਹੜਾ ਫਿਲਮ ਦੇ ਵਿੱਚ ਨਾ ਸ਼ਾਮਿਲ ਹੋਵੇ। ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੋ ਢਿੱਲੋਂ, ਬਨਿੰਦਰ ਬਨੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਸਪਨਾ ਪਾਵੀ, ਹੌਬੀ ਧਾਲੀਵਾਲ, ਯਾਨੀ ਪੂਰੇ ਦਾ ਪੂਰਾ ਕਾਮੇਡੀ ਪਰਿਵਾਰ ਆ ਜਿਹੜਾ ਉਹ ਧਰਮਰਾਜ ਦੇ ਪਰਿਵਾਰ ਦਾ ਹਿੱਸਾ ਬਣਿਆ ਹੋਇਆ। ਮੇਰਾ ਉਸ ਬੰਦੇ ਚ ਰਹਿਣ ਨੂੰ ਜੀ ਨੀ ਕਰਦਾ ਜੀ। ਉਹ ਤੂੰ ਕੀ ਆਪਣਾ ਨਵਾਂ ਸੀੜੀ ਸਿਆਪਾ ਪਾ ਕੇ ਬਹਿ ਗਿਆ? ਜੇ ਸੀੜੀ ਸਿਆਪਾ ਕਿਆ ਹੋਤਾ ਹੈ? ਆਪਨੇ ਵੋ ਕੈਰੀ ਔਨ ਜੱਟਾ ਫਿਲਮ ਦੇਖੀ ਹੈ? 10 ਵਾਰ। ਉਸਮੇ ਸੀੜੀ ਕਾਈ ਤੋਂ ਸਿਆਪਾ ਹੈ। ਇਹ ਜੀ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਵੱਲੋਂ ਜਿਹੜੀ ਇਹ ਫਿਲਮ ਡਾਇਰੈਕਟ ਕੀਤੀ ਗਈ ਆ, ਇਸ ਤੋਂ ਇਲਾਵਾ ਫਿਲਮ ਦੀ ਕਹਾਣੀ ਤੇ ਸਕਰੀਨ ਪਲੇ ਗਿੱਪੀ ਗਰੇਵਾਲ ਉਹਨਾਂ ਨੇ ਆਪ ਲਿਖੇ ਨੇ। ਬਾਕੀ ਹੁਣ ਫਿਲਮ ਦਾ ਟ੍ਰੇਲਰ ਤਾਂ ਲੱਗਦਾ ਜੀ ਦਰਸ਼ਕਾਂ ਨੂੰ ਖੂਬ ਹਸਾ ਰਿਹਾ, ਪਰ ਫਿਲਮ ਅਸਲ ਵਿੱਚ ਕਿੱਦਾਂ ਹੈ ਤਾਂ ਥੀਏਟਰ ਦੇ ਵਿੱਚ ਜਾ ਕੇ ਹੀ ਪਤਾ ਲੱਗੇਗਾ ਕਿ ਅਸਲ ਸਿਨੇਮਾਘਰਾਂ ਤੋਂ ਬਾਹਰ ਆ ਕੇ ਦਰਸ਼ਕ ਢਿੱਡ ਤੇ ਹੱਥ ਰੱਖ ਕੇ ਕਹਿੰਦੇ ਨੇ ਕਿ ਮਰ ਗਏ ਲੋਕੋ। ਇਹ ਤਾਂ ਹੁਣ ਉਹਨਾਂ ਨੂੰ ਹੀ ਪੁੱਛ ਕੇ ਪਤਾ ਲੱਗਿਆ ਜੋ ਫਿਲਮ ਦੇਖ ਕੇ ਆਏ ਨੇ ਕਿ ਉਹ ਆਪਾਂ ਸਿਨੇਮਾਘਰਾਂ ਦੇ ਬਾਹਰ ਜਾਂਦੇ ਹਾਂ ਤੇ ਜਾਣਦੇ ਹਾਂ ਦਰਸ਼ਕਾਂ ਦੇ ਰਿਵਿਊ ਕਿ 10 ਵਿੱਚੋਂ ਜਿਹੜੇ ਫਿਲਮ ਨੂੰ ਕਿੰਨੇ ਨੰਬਰ ਦਿੰਦੇ ਨੇ। ਕਿੱਦਾਂ ਲੱਗੀ ਸਰ ਮੂਵੀ? ਸਰ ਬਹੁਤ ਅੱਛੀ ਮੂਵੀ ਹੈ ਜੀ। ਕਿੱਦਾਂ ਲੱਗੀ ਫਿਲਮ? ਬਹੁਤ ਵਧੀਆ ਫਿਲਮ, ਬਹੁਤ ਵਧੀਆ ਸੀ ਜੀ। ਕਿੱਦਾਂ ਲੱਗੀ ਜੀ ਮੂਵੀ? ਬਹੁਤ ਘੈਂਟ ਸੀਰਾ ਕਹਿੰਦੇ ਨਾ ਜਿਹਨੂੰ, ਆਤੀ ਕਰਾ ਦੀ ਬਾਈ ਗਿੱਪੀ ਬਾਈ ਨੇ ਫੁਰ। ਬਹੁਤ ਵਧੀਆ, ਬਿੰਨੂ ਢਿੱਲੋਂ ਕੀ ਵਜ੍ਹਾ ਸੇ ਗਏ ਥੇ, ਨਹੀਂ ਤਾਂ ਜਾਣਾ ਨਹੀਂ ਥਾ। ਸਰ ਵਧੀਆ ਐਂਡ ਰੋਕਾ ਬੰਪ ਜੀ। ਕਿੱਦਾਂ ਲੱਗੀ ਜੀ ਮੂਵੀ ਫਿਰ? ਠੀਕ ਠੀਕ ਆ, ਠੀਕ ਠੀਕ ਆ। ਨਾਲੇ ਤਾਂ ਕਹਿੰਦੇ ਜੀ ਬਹੁਤ ਜ਼ਿਆਦਾ ਕਮੇਡੀਆ ਢਿੱਡ ਤੇ ਹੱਥ ਰੱਖ ਕੇ ਨਿਕਲੂਗੇ, ਕੋਈ ਅੱਡੀ ਗੱਲ ਨਹੀਂ ਆ। ਸਰ ਕਿੱਦਾਂ ਲੱਗੀ ਜੀ ਫਿਲਮ ਫਿਰ? ਫਿਲਮ ਤਾਂ ਠੀਕ ਹੈ ਲੇਕਿਨ ਐਂਡ ਕੁਝ ਚੰਗਾ ਨਹੀਂ ਲੱਗਾ। ਛੇਤੀ ਮੁਕਾਬਲਾ ਜਾਣੀ ਕਿ ਸੇਮ ਜਿੱਦਾਂ ਕਮੇਡੀ ਫਿਲਮ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਫਿਲਮ ਦਾ ਟਾਈਮ ਵੀ ਥੋੜ੍ਹਾ ਘੱਟ ਹੈ ਅਤੇ ਕਾਮੇਡੀ ਤਾਂ ਹੈ ਲੇਕਿਨ ਕੁਝ ਕੰਕਲੂਜ਼ਨ ਨਹੀਂ ਕੀਤਾ। ਅਤੇ ਫਿਰ ਕਮੇਡੀ ਜ਼ਿਆਦਾ ਕਿਹਦੀ ਪਸੰਦ ਆਈ? ਕਮੇਡੀ ਬਾਈ ਬਿਨੂ ਢਿੱਲੋਂ ਭਾਅ ਜੀ ਦੀ ਬਹੁਤ ਘੈਂਟ ਹੈ ਅਤੇ ਦੂਸਰੇ ਗਿੱਪੀ ਗਰੇਵਾਲ। ਤੀਜਾ ਨੰਬਰ ਗਿੱਪੀ ਗਰੇਵਾਲ ਹੈ ਬਾਈ। ਜਿੱਦਾਂ ਸਾਰਾ ਕਮੇਡੀ ਵਾਲਾ ਟੱਬਰ ਆ ਜਿਹੜਾ ਫਿਲਮ ਦੇ ਵਿੱਚ ਲਿਆ ਗਿਆ, ਕਿਹਦੀ ਕਮੇਡੀ ਜ਼ਿਆਦਾ ਘੈਂਟ ਲੱਗੀ? ਆਪਾਂ ਨੂੰ ਤਾਂ ਬਾਈ ਬਿਲੋ ਢਿੱਲੋਂ ਦੀ ਤੇ ਗਿੱਪੀ ਗਰੇਵਾਲ ਦੀ ਬਹੁਤ ਘੈਂਟ, ਤੇ ਉਹ ਡਾਕਟਰ ਸੀਗਾ ਜਿਹੜਾ ਉਹ ਵੀ ਬਹੁਤ ਸਿਰਾ ਸੀ। ਕਮੇਡੀ ਫਿਰ ਕਿਹਦੀ ਕਿਹਦੀ ਖਾਸ ਆ? ਆਪਦੇ ਮੈਨੂੰ ਢਿੱਲੋਂ ਗਿੱਪੀ ਗਰੇਵਾਲ ਦੀ ਜੀ। ਕੀ ਖਾਸ ਕੀ ਲੱਗਿਆ ਜਿੱਦਾਂ ਕਮੇਡੀ ਕਿੱਦਾਂ ਲੱਗੀ? ਕਮੇਡੀ ਵਧੀਆ। ਯਮਦੂਤ ਤਾਂ ਮੈਂ ਕਹਿੰਦਾ ਸਾਰਿਆਂ ਤੋਂ ਵਧੀਆ ਕਨਸੈਪਟ ਆ, ਅੱਡ ਪਿਛਲੀਆਂ ਕਾਮੇਡੀ ਮੂਵੀਜ਼ ਤੋਂ ਜਿਹੜਾ ਅੱਡ ਸੀਗਾ ਇਸ ਵਾਰ ਕਨਸੈਪਟ ਆ। ਜਿੱਦਾਂ ਪਰਲੋਕ ਦੀ ਵੀ ਗੱਲ ਕੀਤੀ ਗਈ ਆ, ਉਹ ਕਿੱਦਾਂ ਲੱਗਿਆ ਤੁਹਾਨੂੰ? ਵਧੀਆ ਲੱਗਿਆ, ਜਿੰਦੇ ਜਿੰਦੇ ਰਹਿ ਕੇ ਦੇਖ ਲਿਆ ਪਰਲੋਕ। ਧਰਮਰਾਜ ਤੇ ਯਮਦੂਤ ਵਿੱਚੋਂ ਕਿਹਦੀ ਐਕਟਿੰਗ ਵਧੀਆ ਲੱਗੀ ਫਿਰ? ਉਹ ਕਰਮਜੀਤ ਅਨਮੋਲ ਸੀਗੇ ਤੇ ਨਹੀਂ ਉਹਨਾਂ ਦੇ ਉਹ ਜਿਹੜੇ ਸੀਗੇ ਲਖਵਿੰਦਰ ਭੱਲਾ, ਧਰਮਰਾਜ ਦੀ ਬਹੁਤ ਵਧੀਆ ਲੱਗੀ।
ਜਿੱਦਾਂ ਕਿ ਤੁਸੀਂ ਦੇਖਿਆ ਜੀ ਹਾਊਸਫੁੱਲ ਜਿਹੜਾ ਜਾ ਰਿਹਾ ਗਿੱਪੀ ਗਿਰੜ ਵਾਲਿਆਂ ਦੀ ਇਹ ਮੂਵੀ ਦਾ, ਅਤੇ ਦਰਸ਼ਕਾਂ ਵੱਲੋਂ ਜਿਹੜਾ ਬਹੁਤ ਵਧੀਆ ਰਿਵਿਊ ਦਿੱਤਾ ਜਾ ਰਿਹਾ, ਕੁਝ ਕੁ ਨੂੰ ਛੱਡ ਕੇ ਜਿਹੜਾ ਬਾਕੀ ਵੱਲੋਂ ਪੂਰੀ ਜਿਹੜੀ ਮੂਵੀ ਦੀ ਤਾਰੀਫ ਕੀਤੀ ਜਾ ਰਹੀ ਆ, ਅਕਸਰ ਕੀਤੀ ਵੀ ਕਿਉਂ ਨਾ ਜਾਵੇ, ਸੋ ਕਮੇਡੀ ਜਿਹੜਾ ਪੂਰਾ ਪਰਿਵਾਰ ਉਹ ਫਿਲਮ ਦੇ ਵਿੱਚ ਪੂਰਾ ਸੈਟਅਪ ਨਾਲ ਆਇਆ ਹੋਇਆ ਅਤੇ ਬਹੁਤ ਵਧੀਆ ਕੰਸੈਪਟ ਦਿਖਾਇਆ ਗਿਆ, ਅਤੇ ਅਸੀਂ ਵੀ ਕਹਿੰਦੇ ਕਿ ਤੁਸੀਂ ਵੀ ਇਸ ਮੂਵੀ ਨੂੰ ਇੱਕ ਵਾਰ ਜ਼ਰੂਰ ਦੇਖ ਕੇ ਆਓ, ਪਰਿਵਾਰ ਨਾਲ ਦੇਖਣ ਵਾਲੀ ਮੂਵੀ ਆ, ਅਤੇ ਇਸ ਨਾਲ ਸਾਨੂੰ ਦਿਓ ਇਜਾਜ਼ਤ, ਅਸੀਂ ਤੁਹਾਨੂੰ ਮਿਲਾਂਗੇ ਅਗਲੇ ਸ਼ੁੱਕਰਵਾਰ ਨਵੇਂ ਮੂਵੀ ਰਿਵਿਊ ਦੇ ਨਾਲ, ਜਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸਾਡਾ ਦਿਨ ਵਿੱਚ ਨਾਮ ਬੋਲੇ, ਰਾਤਾਂ ਨੂੰ ਜਗਦੇ ਹਾਂ, ਕੋਈ ਕਿੱਥੇ ਮਾਰ ਕਰੂ, ਭੇਤੀ ਰਗ ਰਗਦੇ ਹਾਂ।